ਸੋ ਵੈਲਕਮ ਹੈ ਗਾਇਜ਼ ਕਿ ਹਰ ਜਲ ਸਭ ਤੋਂ ਫਲੇ ਸਾਰੇ ਵਧੀਆ ਹੋਵੋਗੇ ਅੱਜ ਥੋੜਾ ਜਿਹਾ ਮੈਂ ਤੱਤਾ ਚੱਲੂਗਾ ਮਾਫ ਕਰਿਓ ਤੇ ਮੈਨੂੰ ਦੋ ਗੱਲਾਂ ਦੇ ਬਹੁਤ ਜ਼ਿਆਦਾ ਖੇਜਾਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਵੀ ਮੂਸੇ ਵਾਲਾ ਜਾਂ ਕੋਈ ਵੀ ਇੱਕ ਬੰਦਾ ਇੱਕ ਗੀਤ ਕੱਢਦਾ ਆ ਠੀਕ ਆ ਖਾਸ ਕਰਕੇ ਵੈਸੇ ਮੂਸੇ ਵਾਲੇ ਦੀ ਗੱਲ ਕਰਦਾਂਗੇ ਕਿਉਂਕਿ ਮੂਸੇ ਵਾਲੇ ਨਾਲ ਇਹ ਚੀਜ਼ ਬਹੁਤ ਹੁੰਦੀ ਆ ਤਿੰਨ ਧਰਮਾਂ ਨਾਲ ਉਹਦਾ ਬਹੁਤ ਜ਼ਿਆਦਾ ਲਿੰਕ ਸੀ ਇਸ ਦੁਨੀਆ ਦੇ ਵਿੱਚ ਠੀਕ ਆ ਤੇ ਚੌਥਾ 크ਰਿਸਚੀਅਨਿਟੀ ਆ ਉਹਦਾ ਪਤਾ ਨਹੀਂ ਅੱਗੇ ਜਾ ਕੇ ਕੀ ਆਣਾ ਸਿੱਖ ਧਰਮ Hindu ਧਰਮ ਠੀਕ ਆ ਉਸ ਤੋਂ ਬਾਅਦ ਮੁਸਲਮ ਧਰਮ ਇਨਾ ਤਿੰਨ ਤਰ੍ਹਾਂ ਦੇ ਲੋਕ ਬੋਲੋਕ ਬਹੁਤ ਵੱਡੇ ਫੈਨ ਆਉਦੇ ਮਾਈਪਾ ਗੋਲੇ ਗੀਤ ਚ ਬਿਨਾ ਸੋਚੇ ਸਮਝੇ ਸਿੱਖਣੇ ਉਹਦੇ ਤੇ ਕੋਦਮ ਹਮਲਾ ਬੋਲਤਾ ਉਸ ਤੋਂ ਬਾਅਦ ਜਦੋਂ ਦੂਜਾ ਗਾਣਾ ਆਇਆ ਐਸਵਾਈਐਲ ਠੀਕ ਹੈ ਉਹਦੇ ਚ ਹਰਿਆਣਵੀ ਹਰਿਆਣਵੀ ਮੋਸਟ ਆਫਲੀ ਹਿੰਦੂ ਆ ਠੀਕ ਆ ਬਟ ਹਾਂ ਮੇਨ ਸਿੱਧਾ ਰਿਲੀਜੀਅਨ ਬੇਸ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਬਟ ਉੱਚ ਐਸਵਾਈਐਲ ਚ ਉਹਨੇ ਸਟਾਰਟਿੰਗ ਚ ਹੀ ਕਹਿੰਦਾ ਸੀਗਾ ਕਿ ਹਰਿਆਣਾ ਤੇ ਸ਼ਿਮਲਾ ਹਿਮਾਚਲ ਜਿਹੜਾ ਸਾਡਾ ਸਾਡੇ ਨੇ ਜਿਹੜੇ ਉਹ ਸਾਨੂੰ ਵਾਪਸ ਕਰ ਦੋ ਠੀਕ ਆ ਇੱਕ ਵਾਰੀ ਤੁਸੀਂ ਕਹਿੰਦੇ ਹੋ ਕਿ ਪੰਜਾਬ ਹਰਿਆਣੇ ਦਾ ਛੋਟਾ ਭਰਾ ਆ ਤੇ ਇੱਕ ਪਾਸੇ ਛੋਟਾ ਭਰਾ ਕਹੀ ਜਾਵੇ ਕਿ ਮੈਨੂੰ ਜ਼ਮੀਨ ਜਾਇਦਾਦ ਵੀ ਦੇ ਦੇ ਸਾਰੀ ਠੀਕ ਆ ਤੇ ਪਰ ਮੈਂ ਤੈਨੂੰ ਬੁਲਾਉਣਾ ਕਰਾਉਣਾ ਵੀ ਨਹੀਂ ਕਰੀ ਜਿੰਦਗੀ ਦੇ ਵਿੱਚ ਇਦਾਂ ਨਹੀਂ ਨਾ ਹੁੰਦਾ ਹੁੰਦਾ ਕਿ ਵੱਡਾ ਭਰਾ ਆਪਣਾ ਸਭ ਕੁਝ ਵੇਚ ਵੱਟ ਵੀ ਦੇਵੇ ਤੇ ਛੋਟਾ ਉਹਨੂੰ ਕਵੇ ਕਿ ਜਾ ਹੁਣ ਮੈਂ ਤੈਨੂੰ ਬੁਲਾਉਣਾ ਵੀ ਕਦੀ ਨਹੀਂ ਤੇ ਤੈਨੂੰ ਕੋਈ ਰੋਟੀ ਉਹਦੀ ਰੋਟੀ ਵੀ ਲੈ ਜਾ ਤੇ ਆ ਉਹਨੂੰ ਬੁਲਾਵੇ ਮੈਂ ਜਿੰਦਗੀ ਦੇ ਵਿੱਚ ਇਦਾਂ ਨਹੀਂ ਨਾ ਹੁੰਦਾ ਕਿ ਛੋਟੇ ਭਰਾ ਕੋਲ ਪਹਿਲਾਂ ਹੈਗਾ ਆ ਫਿਰ ਵੀ ਉਹ ਹੋਰ ਮੰਗੀ ਜਾਵੇ ਉਸ ਤੋਂ ਬਾਅਦ ਕਹੇ ਤੈਨੂੰ ਬੁਲਾਉਣਾ ਨਹੀਂ ਤਰਾ ਸਾਰਾ ਕੁਝ ਲੈ ਗੱਲੋਂ ਫੇਰ ਉਦਾਂ ਠੀਕ ਹੈ ਉਸ ਤੋਂ ਬਾਅਦ ਹੁਣ ਜੰਨੇ ਆਪਾਂ ਅੱਜ ਜਿਹੜਾ ਹੁਣ ਲੇਟੈਸਟ ਕੇਸ ਹੋ ਰਿਹਾ ਮੁਹੰਮਦ ਵਾਲਾ ਮੁਹੰਮਦ ਤੇ ਖਾਨ ਕਹਿੰਦਾ ਹਰੀ ਸਿੰਘ ਨਲੂਏ ਦੇ ਉੱਤੇ ਕਿੱਥੇ ਰਿਕਦੇ ਅੱਗੇ ਏਦਾਂ ਕਰਕੇ ਲਾਈਨ ਆ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਹਰੀ ਸਿੰਘ ਨਲੂਏ ਜੀ ਦੀ ਪੂਰੀ ਲਾਈਫ ਸਟੋਰੀ ਦੇ ਵਿੱਚ ਕਿਤੇ ਵੀ ਪ੍ਰੋਫਿਟ ਮੁਹੰਮਦ ਜੀ ਜਿਹੜੇ ਤੁਹਾਡੇ ਮਤਲਬ ਮੇਨ ਪ੍ਰੋਫਿਟ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਤਰੀਕੇ ਨਾਲ ਪੁੱਛਦੇ ਹੋ ਉਹ ਕਿੱਥੋਂ ਆ ਗਏ ਹੁਣ ਦਿਮਾਗ ਇੰਨਾ ਕੁ ਵਰਤੋਂ ਪਹਿਲਾਂ ਮੈਨੂੰ ਇਹ ਦਿਲ ਸੋ ਹਰੀ ਸਿੰਘ ਨਲਵਾ ਜੀ ਦੀ ਇੱਕ ਵਾਰੀਅਰ ਦੀ ਜ਼ਿੰਦਗੀ ਦੇ ਵਿੱਚ ਕਿੱਥੋਂ ਆ ਗਈ ਹੈ ਮੁਹੰਮਦ ਤੇਖਣ ਮੁਹੰਮਦ ਦੋਸਤਖਾਨ ਜਿਹੜਾ ਇੱਕ ਕੇ ਵਾਰੀਅਰ ਸੀਗਾ ਜਿਹਦੇ ਕਿ ਮੈਂ ਤੁਹਾਨੂੰ ਇੱਥੇ ਲਾਉਂਗਾ ਸਾਰਾ ਕੁਝ ਤੁਸੀਂ ਇੱਥੇ ਪੜ੍ਹ ਵੀ ਸਕਦੇ ਹੋ ਲੜਾਈ ਹੋਈ ਸੀ ਖੈਬਰ ਦੇ ਕਿਲੇ ਲੱਗੇ ਬਹੁਤ ਕੁਝੇ ਚੀਜ਼ਾਂ ਹੋਈਆਂ ਨੇ ਇਤਿਹਾਸ ਪੜ੍ਹ ਲਓ ਠੀਕ ਹੈ ਤੇ ਹੁਣ ਮੈਂ ਇੱਕ ਗੱਲ ਬਹੁਤ ਸੀਰੀਅਸਲੀ ਕਰੂੰਗਾ ਮੈਂ ਜਿਹੜੀ ਵੀਡੀਓ ਜਿਆਦਾ ਵੱਡੀ ਨਹੀਂ ਲੈ ਕੇ ਜਾਣਾ ਮੈਂ ਮੇਨ ਫੈਕਟਸ ਤੇ ਗੱਲ ਕਰੂੰਗਾ ਜਿਹੜੇ ਬੌਟ ਚੈਨਲਸ ਹੁੰਦੇ ਨੇ ਨਾ ਇਕਣਾ ਹਮੇਸ਼ਾ ਯਾਦ ਰੱਖਿਓ ਜਦੋਂ ਹਿੰਦੂ ਮੁਸਲਮ ਲੜਾਉਣਾ ਨਾ ਤੇ ਇੱਕ ਖਾਸ ਖਾਸ ਕਰਕੇ ਸਾਡਾ ਸਿਸਟਮ ਸਾਡੇ ਸਰਕਾਰੀ ਆਈਟੀ ਸੈਲਸ ਹੁੰਦੇ ਨੇ ਸਮਝਿਆ ਕਰੋ ਇਹਨਾਂ ਚੀਜ਼ਾਂ ਨੂੰ ਹਿੰਦੂ ਮੁਸਲਮ ਆਪਸ ਚ ਲੜਾਉਣੇ ਹੋਣ ਤੇ ਕੁਝ ਹਿੰਦੂ ਬੋਲਦੇ ਨੇ ਆਈਟੀ ਸੈਲਸ ਨਾਟ ਰੀਅਲ ਪੀਪਲ ਤੁਹਾਡੇ ਮੇਰੇ ਵਰਗੇ ਆਈਟੀ ਸੈਲਸ ਠੀਕ ਹੈ ਆਈਟੀ ਸੈਲਸ ਕਿਹੜੇ ਹੁੰਦੇ ਆ ਇਹ ਕੁਝ ਲੋਕ ਪੇੜ ਬਿਠਾਏ ਹੁੰਦੇ ਜਿਨ੍ਹਾਂ ਨੂੰ ਪੈਸੇ ਮਿਲਦੇ ਜਿਹੜੇ ਇੱਕ ਟਾਈਮ ਤੇ ਕਰਦਾ ਵਰਡ ਹਜ਼ਾਰ-ਹਜ਼ਾਰ ਆਈਡੀਆਂ ਚਲਾ ਰਹੇ ਹੁੰਦੇ ਹਜ਼ਾਰ ਹੀਰ ਕਮੈਂਟ ਕਰ ਸਕਦੇ ਹੋ ਇੱਕ ਐਂਟਰ ਨਾਲ ਠੀਕ ਹੈ ਜੀ ਸੋ ਸਮਝੋ ਔਨਸਾਈਟ ਸੈਲ ਨੂੰ ਮੈਸੇਜ ਕੀਤਾ ਜਾਂਦਾ ਹੈ ਕਿ ਆਹ ਚੀਜ਼ ਹਿੰਦੂਆਂ ਬਾਰੇ ਬੋਲ ਦੋ ਮੁਸਲਮਾਨਾਂ ਦੀ ਆਈਡੀਆ ਬਣਾ ਕੇ ਠੀਕ ਹੈ ਮੁਸਲਿਮ ਨੇਮਸ ਤੋਂ ਤੇ ਬੱਚੋ ਕਿਹਾ ਜਾਂਦਾ ਹੈ ਕਿ ਆਹ ਚੀਜ਼ਾਂ ਹਿੰਦੂਆਂ ਨੂੰ ਕਹਿੰਦੇ ਕਿ ਤੁਸੀਂ ਮੁਸਲਿਮਜ਼ ਬਾਰੇ ਬੋਲ ਦੋ ਇੱਕ ਮੁਸਲਿਮ ਆਈਡੀਜ਼ ਬਣਾ ਕੇ ਠੀਕ ਹੈ ਆਪਸ ਵਿੱਚ ਲੜਪੇ ਜਿਹੜੇ ਅਸਲੀ ਲੋਕ ਹੁੰਦੇ ਉਹ ਵੀ ਲੜਪਿੰਦੇ ਕਿਉਂਕਿ ਅੱਜ ਕੱਲ ਦੇ ਆਪਾ ਨੂੰ ਲੋਕਾਂ ਨੂੰ ਹਿਸਟਰੀ ਬਹੁਤ ਬੋਰਿੰਗ ਲੱਗਦੀ ਹੈ ਅੱਜ ਜੋ ਪ੍ਰੈਜ਼ੈਂਟ ਚ ਹੋ ਰਿਹਾ ਨਾ ਉਹਨੂੰ ਸਮਝਣ ਵਾਸਤੇ ਤੇ ਉਹਦੀ ਹਰਕਤਾਂ ਉਹਨੂੰ ਸੁਧਾਰਨ ਵਾਸਤੇ ਸਾਨੂੰ ਪਾਸਟ ਬਹੁਤ ਜ਼ਰੂਰੀ ਸਾਨੂੰ ਜਿਸ ਬੰਦੇ ਨੂੰ ਆਪਣਾ ਪਾਸਟ ਨਹੀਂ ਨਾ ਪਤਾ ਉਹ ਕਦੇ ਵੀ ਆਪਣਾ ਫਿਊਚਰ ਨਹੀਂ ਬਣਾ ਸਕਦਾ ਇਹ ਗੱਲ ਯਾਦ ਰੱਖਿਓ ਇਦਾਂ ਹੀ ਸੇਮ ਸਿੱਖਾ ਨਾ ਹੁੰਦਾ ਹਰ ਧਰਮ ਨਾਲ ਇਦਾਂ ਹੁੰਦਾ ਜਦੋਂ ਆਪਾਂ ਚ ਦੋ ਧਰਮ ਖਾਸ ਕਰਕੇ ਲੜਾਉਣੇ ਹੋਣ ਹੁਣ ਇੱਥੇ ਕੀ ਹੈ ਇੱਕ ਆਈਟੀ ਸੈੱਲ ਚੱਲ ਰਿਹਾ ਹੈ ਪਿੱਛੇ ਇੱਕ ਏਜੰਸੀਆਂ ਦੀ ਇੱਕ ਚਾਲ ਆ ਕੇ ਸਿੱਧੂ ਮੂਸੇ ਵਾਲਾ ਜਿਹੜਾ ਹੈ ਕਿ ਉਹਦੇ ਕੋਲ ਬਹੁਤ ਵੱਡੀ ਹਵਾਮ ਆ 21 ਘੰਟਿਆਂ ਚ ਮੈਂ ਦੇਖਿਆ ਸੀ ਗਾਣਾ 11 ਮਿਲੀਅਨ ਹੋ ਗਿਆ ਸੀ 10 1 ਵਰਲਡ ਚਾਰਟਸ ਤੇ ਗਾਣਾ ਟ੍ਰੈਂਡਿੰਗ ਤੇ ਆਇਆ ਠੀਕ ਹੈ YouTube ਟ੍ਰੈਂਡਿੰਗ ਵਨ ਤੇ ਚੱਲ ਰਿਹਾ ਹੈ ਕੈਨੇਡਾ ਚ ਵੀ ਇੰਡੀਆ ਚ ਵੀ ਠੀਕ ਹੈ ਕੱਲੇ 뮤직 ਵਾਸਤੇ ਨਹੀਂ ਓਵਰਆਲ ਤਾਂ ਉਹਨਾਂ ਨੂੰ ਪਤਾ ਹੈ ਕਿ ਆਡੀਅנס ਕਿੰਨੀ ਵੱਡੀ ਹੈ ਕਿ ਜੇ ਮੂਸੇ ਵਾਲੇ ਜੋ ਐਕਚੁਅਲ ਚ ਗਾਉਣਾ ਸੀ ਕਿਤਨਾ ਕਿਤੇ ਮੂਸੇ ਵਾਲੇ ਨੂੰ ਮਾਰਨ ਪਿੱਛੇ ਜੋ ਹੱਥ ਨੇ ਨਾ ਤੁਹਾਨੂੰ ਹੌਲੀ ਹੌਲੀ ਕਲੀਅਰ ਹੋ ਜਾਣਗੇ ਸਾਰਿਆਂ ਨੂੰ ਮੂਸੇ ਵਾਲੇ ਨੂੰ ਕੀ ਚੱਕਰ ਸੀਗਾ ਇਹਨਾਂ ਨੇ ਇਹ ਸੋਚਿਆ ਕਿ ਇੰਨੇ ਕਿੰਨੇ ਕਿੰਨੇ ਗਾਣੇ ਕੀ ਕੀਤਾ ਹੋਊਗਾ ਠੀਕ ਹੈ ਬੜ ਜਦੋਂ ਦੇਖਦੇ ਨੇ ਗਾਣਾ ਆ ਗਿਆ ਜਿਵੇਂ SYL ਆਇਆ ਉਹਨੂੰ ਬੈਨ ਕਰਾਤਾ ਇੰਡੀਆ ਚ 37 ਮਿਲੀਅਨ ਤੋਂ 38 ਮਿਲੀਅਨ ਵਿਊਜ਼ ਨੇ ਉਹਦੇ ਉੱਤੇ ਤੇ ਉਹ ਦੂਜੇ ਤਰੀਕੇ ਨਾਲ ਵੀ ਇੰਡੀਆ ਚ ਵੀ ਅਵੇਲੇਬਲ ਹੈਗਾ ਹਰ ਹਰ ਪਲੇ ਆਪਣੇ ਜਿਹੜੇ 뮤직 ਸਟੋਰ ਹੁੰਦੇ ਸਪੋਟੀਫਾਈ ਵਰ ਨਾਲੇ ਤੇ ਦੂਜੇ ਤੇ ਬੈਨ ਨਹੀਂ ਹੋਇਆ ਗਾਣੇ ਨੂੰ ਜਸਟ ਇੱਕ ਸਾਹਮਣੇ ਪਲੇਟਫਾਰਮ ਤੇ ਇੱਕ ਚੈਨਲ ਤੋਂ ਉਡਾ ਦਿੱਤਾ ਗਿਆ ਜਿਸ ਚੈਨਲ ਤੇ ਆ ਕੇ ਲੋਕ ਸਿੱਧੂ ਮੂਸੇਵਾਲੇ ਨੂੰ ਸੁਣਨਾ ਪਸੰਦ ਕਰਦੇ ਨੇ ਜਿਸ ਚੈਨਲ ਤੇ ਸਿੱਧੂ ਦੇ ਮੇਨ ਗਾਣੇ ਪਏ ਨੇ ਸਾਰੇ ਹਨ ਉਸ ਚੈਨਲ ਤੋਂ ਏੜਾਇਆ ਤੇ ਆਟੋ ਜਨਰੇਟਿਡ YouTube ਦਾ ਹਾਜੇ ਵੀ ਪਿਆ ਸਾਡਾ ਜਾਂਦੇ ਸਿਸਟਮ ਨੂੰ ਪੂਰੀ ਜਾਣਕਾਰੀ ਹੈ ਨਹੀਂ ਸਿਸਟਮ ਕੱਚੇ ਬੰਦੇ ਚਲਾ ਰਹੇ ਨੇ ਤੇ ਬਹੁਤ ਹੀ ਘਟੀਆ ਜਿਹਾ ਚਾਲਣਾ ਚਲਾਉਂਦੇ ਨੇ ਹੁਣ ਸੇਮ ਵਾਰ ਗਾਣੇ ਚ ਵੀ ਇਹਨਾਂ ਨੇ ਇਦਾਂ ਹੀ ਕਰਨਾ ਹੈ ਇਹਨਾਂ ਨੇ ਵੇਖਿਆ ਕਿ ਯਾਰ ਇਹ ਤਾਂ ਹਰੀ ਸਿੰਘ ਨਲਵਾ ਨੂੰ ਸਰਚ ਕਰਨ ਲੱਗ ਜੂਗੀ ਦੁਨੀਆ ਸਿੱਖਾ ਦਾ ਇਤਿਹਾਸ ਬਾਰੇ ਸਰਚ ਕਰਨ ਲੱਗ ਜਣਗੇ ਹਰੀ ਸਿੰਘ ਨਲਵਾ ਸਰਚ ਕਰਨਗੇ ਤੇ ਬਗੇਲ ਸਿੰਘ ਵੀ ਸਰਚ ਆਊਗਾ ਜਸਾ ਸਿੰਘ ਆਲੂ ਵਾਲੇ ਜੀ ਸਰਚ ਜਾਣਗੇ ਜਸਾ ਸਿੰਘ ਰਾਮਗੜੀ ਜੀ ਰਾਮਗੜੀ ਸਰਚ ਹੋਣਗੇ ਬੰਦਾ ਸਿੰਘ ਬਹਾਦਰ ਜੀ ਸਰਚ ਹੋ ਜਾਣਗੇ ਬਾਬਾ ਦੀਪ ਸਿੰਘ ਜੀ ਸਰਚ ਹੋ ਜਾਣਗੇ ਠੀਕ ਹੈ ਉਹਨਾਂ ਨੂੰ ਬਹੁਤ ਵੱਡਾ ਡਰ ਹੈ ਕਿਉਂਕਿ ਸਿੱਖਾਂ ਦਾ ਇਤਿਹਾਸ ਬਹੁਤ ਰਿੱਚ ਹੈ ਸਾਡੇ ਨਾਲ ਤਾਂ 24 ਘੰਟੇ ਜਸਟਿਸ ਨਹੀਂ ਹੋ ਰਿਹਾ ਨਾ ਹੁਣ ਥੋੜੇ ਦਿਨ ਪਹਿਲਾਂ ਇੱਕ ਕਿਸੇ ਦੀ ਮਰਡਰ ਹੋਇਆ ਠੀਕ ਹੈ ਤੇ ਇੱਕ ਬੰਦਾ ਉੱਠ ਕੇ ਕਹਿ ਰਿਹਾ ਕਿ ਸਾਰੇ ਦੀ ਸਾਰੀ ਸਿੱਖ ਕੌਮ ਨੂੰ ਉੜਾ ਦਿਓ ਠੀਕ ਹੈ ਉਹਨਾਂ ਦੇ ਮਾਰ ਦਿਓ ਉਹਨਾਂ ਨੂੰ ਤੇ ਕੋਈ ਨਹੀਂ ਬੋਲਿਆ ਨਾ ਸਾਡੇ ਨਾਲ ਸਾਡੇ ਹਿੰਦੂ ਭਰਾ ਖੜੇ ਹੋਏ ਨਾ ਸਾਡੇ ਨਾਲ ਸਾਡੇ ਮੁਸਲਮਾਨ ਭਰਾ ਖੜੇ ਹੋਏ ਕ੍ਰਿਸ਼ਨ ਨਾ ਉਹਦੀ ਕੀ ਗੱਲ ਕਰੀਏ ਠੀਕ ਹੈ ਜਦੋਂ ਕਿਸੇ ਹੋਰ ਧਰਮ ਨਾਲ ਕੁਝ ਹੋਵੇ ਤਾਂ ਕਹਿੰਗੇ ਸਿੱਖੋ ਪਲੀਜ਼ ਆ ਕੇ ਸਾਡੀ ਹੈਲਪ ਕਰੋ ਕੋਵਿਡ 'ਚ ਆਕਸੀਜਨ ਆ ਫ੍ਰੀਜ ਦਿੱਤੀਆਂ ਲੰਗਰ ਜਿਹੜੀ ਚੀਜ਼ ਦੀ ਬਲੈਕ ਕਰਦੇ ਆ ਨਾ ਦੁਨੀਆ ਸਿਸਟਮ ਸਾਡਾ ਸਾਡੇ ਸਰਕਾਰੀ ਸਿਸਟਮ ਦੇ ਚੀਜ਼ ਦੀ ਬਲੈਕ ਕਰਦਾ ਆ ਉਸ ਚੀਜ਼ ਨੂੰ ਫ੍ਰੀ ਦਿੱਤਾ ਹੈ ਬਲੈਕ ਚ ਉਹ ਚੀਜ਼ਾਂ ਨੂੰ ਖਰੀਦ-ਖਰੀਦ ਕੇ ਦੋ ਗਣੇ ਤਿਗਣੇ ਬਾਹਮਾ ਦਾਮਾਂ ਤੇ ਲੈ ਕੇ ਤੇ ਫ੍ਰੀ ਚ ਚੀਜ਼ਾਂ ਦਾ ਲੰਗਰ ਲਾਏ ਆ ਇੰਨਾ ਸਭ ਕੁਝ ਭੁੱਲ ਜਾਂਦੇ ਹੋ ਯਾਰ ਇੱਕ ਸਕਿੰਟ ਜਾ ਪੂਰੀ ਦੀ ਪੂਰੀ ਸੈਟ ਕਾਮੀ ਡਾ ਲੋ ਤੇ ਬਾਅਦ ਚੋ ਵੀ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਉਹਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਕਿੰਦੀ ਕਿਹੜੀ ਕਿਹੜੀ ਗੱਲ ਤੇ ਗੱਲ ਕਰੀਓ ਯਾਰ ਮੈਨੂੰ ਤਾਂ ਮੈਨੂੰ ਦੀ ਗੱਲ ਨਹੀਂ ਸਮਝ ਆਉਂਦੀ ਕਿ ਮੁਹੰਮਦ ਕੀ ਗੱਲ ਉਹਨੇ ਕੀ ਕੀਤੀ ਆ ਉਹ ਗੱਲ ਮੁਹੰਮਦ ਪ੍ਰੋਫਿਟ ਜੀ ਕਿੱਥੋਂ ਆ ਗਈ ਉਹਦੇ ਚ ਕਈ ਮੁਸਲਮ ਭਰਾ ਇੰਨੇ ਚੰਗੇ ਨੇ ਉਹ ਅਜੇ ਵੀ ਪਾਉਂਦੇ ਨੇ ਕਿ ਨਹੀਂ ਭਾਈ ਇਹਦਾ ਤਾਂ ਕੁਝ ਨਹੀਂ ਹੈਗਾ ਠੀਕ ਹੈ ਵੈਸੇ ਤਾਂ ਪਾਕਿਸਤਾਨੋਂ ਕੋਈ ਨਹੀਂ ਹੈਗਾ ਕੋਈ ਗੱਲ ਨਹੀਂ ਹੈਗੀ ਬਹੁਤ ਪਿਆਰਾ ਬਹੁਤ ਵਧੀਆ ਮੈਸੇਜ ਕਰਦੇ ਆ ਮੁੰਡੇ ਕਈ ਮੈਨੂੰ ਜਾਣਦੇ ਵੀ ਨਹੀਂ ਕਈ ਪਰਸਨਲ ਜਿ ਮੈਨੂੰ ਪਾਕਿਸਤਾਨ ਦੇ ਮੁੰਡਿਆਂ ਦੇ ਮੈਸੇਜ ਆਉਂਦੇ ਆ ਤੇ ਕੱਲ ਵੀ ਆਏ ਆ ਕਿ ਵੀਰੇ ਤੁਸੀਂ ਵੀ ਇਹਦੇ ਬਾਰੇ ਦੱਸੋ ਕਿ ਕੀ ਚੱਕਰ ਆ ਆਈਟੀ ਸੈਲਜ਼ ਨੇ ਆਈਟੀ ਸੈਲਜ਼ ਆਪਣਾ ਕੰਮ ਕਰ ਰਹੇ ਨੇ ਤੇ ਤੁਸੀਂ ਆਪਣੇ ਦਿਮਾਗ ਤੋਂ ਕੰਮ ਲਾਓ ਹਿਸਟਰੀ ਬਾਰੇ ਪੜ੍ਹ ਲਓ ਹਰੀ ਸਿੰਘ ਨਲਵਾ ਜੀ ਨੂੰ ਪੜੋ ਕਿ ਮੁਹੰਮਦ ਦੋਸਤਖਾਨ ਤੇ ਮੁਹੰਮਦ ਖਾਨ ਕੀ ਮਤਲਬ ਹੈ ਉੱਪਰ ਓਵਰਆਲ ਗੱਲ ਕੀਤੀ ਗਈ ਆ ਤੇ ਇੱਕ ਗੱਲ ਹੋਰ ਆ ਇਹ ਗੱਲ ਚੁਭਣੀ ਜ਼ਰੂਰ ਜੇ ਤੇ ਨਾ ਜਦੋਂ ਕੋਈ ਪਰਿਵਾਰ ਦੇ ਵਿੱਚ ਕਿਸੇ ਪੁਰਖਿਆਂ ਨੇ ਕੁਝ ਗਲਤ ਕੀਤਾ ਹੁੰਦਾ ਨਾ ਤੇ ਉਸ ਪਰਿਵਾਰ ਦੇ ਹੋ ਸਕਦਾ 10ਵੀਂ ਪੀੜ੍ਹੀ ਨੂੰ ਵੀ ਉਹ ਚੀਜ਼ ਸੁਣਨੀ ਪੈਂਦੀ ਹੋਵੇ ਇਸ ਕਰਕੇ ਆਪਾਂ ਸਾਰੇ ਜਣੇ ਚੰਗੇ ਕੰਮ ਕਰਿਆ ਕਰੀਏ ਤਾਂ ਕਿ ਸਾਡੇ ਸਾਡੇ ਕੰਮ ਕਰਕੇ ਸਾਡੇ ਆਉਣ ਵਾਲੇ ਫਿਊਚਰ ਬੱਚਿਆਂ ਨੂੰ ਠੀਕ ਆ ਸਾਡੀਆਂ ਪੀੜ੍ਹੀਆਂ ਨੂੰ ਸਾਡੀਆਂ ਗਲਤੀਆਂ ਸਾਡੀਆਂ ਹਰਕਤਾਂ ਸਾਡੀਆਂ ਚੀਜ਼ਾਂ ਨਾ ਸੁਣਨਿਆ ਪੈਣਾ ਠੀਕ ਹੈ ਬਾਕੀ ਕਿਸੇ ਭਰਾਣਾ ਕੋਈ ਗਿਲਾ ਨਹੀਂ ਕਿਸੇ ਭਰਾਣਾ ਕੋਈ ਗੁੱਸਾ ਨਹੀਂਗਾ ਬਸ ਇੰਨੀ ਗੱਲ ਆ ਕਿ ਅਸੀਂ ਪੜੇ ਲਿਖੇ ਅਨਪੜਨਾ ਆ ਰਹੇ ਜੀ ਇਹ ਹਿਸਟਰੀ ਪੜੋ ਮੂਸੇ ਵਾਲਾ ਕੀ ਗਾ ਗਿਆ ਇਹ ਪੜੋ ਜਿਉਂ ਜਿਉਂਦਾ ਹੁੰਦਾ ਤੇ ਉਹਨੇ ਸਭ ਨੂੰ ਇੱਕ ਸਕਿੰਟ ਚ ਇੱਕ ਵੀ ਇੰਟਰਵਿਊ ਚ ਉਹਨੇ ਸਮਝਾ ਦੇਣਾ ਹੈਗਾ ਠੀਕ ਆ ਹੁਣ ਗੱਲ ਕੀ ਉਹਦੀ ਆਵਾਜ਼ ਸਭ ਤੱਕ ਚੱਲ ਜਾਣੀ ਸੀਗੀ ਸਾਡੇ ਵਰਗਿਆਂ ਦੀ ਆਵਾਜ਼ ਹਰ ਤੱਕ ਨਹੀਂ ਜਾਂਦੀ ਬਟ ਫੇਰ ਵੀ ਆਪ ਆਪਣਾ ਕੰਮ ਕਰੀ ਜਾਂਦੇ ਆ ਸਸ਼ਤਰਕਾਰ